ਲੇਕਿਨ ਇਹ ਵੀ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਜਿਵੇਂ ਜਦੋਂ ਇਹ ਜਲਿਆਂਵਾਲਾ ਬਾਗ ਵਰਤਾਉਣ ਵਾਲੇ ਗਦਰੀ ਬਾਬਿਆਂ ਨੂੰ ਫਾਂਸੀ 'ਤੇ ਟੰਗਣ ਵਾਲੇ, ਬੱਬਰ ਅਕਾਲੀਆਂ ਨੂੰ ਜਿਹੜਾ ਉਹ ਮਾਰਨ ਵਾਲੇ, ਫਾਂਸੀਆਂ ਦੇ ਰੱਸਿਆਂ 'ਤੇ ਟੰਗਣ ਵਾਲੇ, ਔਰ ਇਸ ਕਿਸਮ ਦੇ ਸ਼ਹੀਦ ਭਗਤ ਸਿੰਘ ਔਰ ਦੂਸਰਿਆਂ ਨੂੰ ਫਾਂਸੀ ਦੇ ਰਸਤਿਆਂ 'ਤੇ ਟੰਗਣ ਵਾਲੇ, ਅੰਗਰੇਜ਼ਾਂ ਦਾ ਰਾਜ ਸੀ ਅਤੇ ਜਿਹੜੀ ਨਸਲ ਉਹਨਾਂ ਦੀ ਜਿਹੜੀ ਹੈ ਵਫਾਦਾਰੀ ਪਾਲਦੀ ਸੀ, ਉਹਨਾਂ ਦੇ ਲਈ ਯੂਨੀਅਨ ਜੈਕ ਉਹਨਾਂ ਦੇ ਘਰਾਂ ਦੇ ਉਹਨਾਂ ਦੇ ਕਿਲ੍ਹਿਆਂ 'ਤੇ ਲਹਿਰਾਉਂਦਾ ਸੀ, ਜਿਹੜੇ ਆਪਣੇ ਦੇਸ਼ ਵਾਸੀਆਂ ਨੂੰ ਜਿਹੜੇ ਆਜ਼ਾਦੀ ਦੇ ਲਈ ਜੂਝ ਰਹੇ ਸੀ, ਮੰਗ ਕਰਦੇ ਸੀ, ਉਹਨਾਂ ਨੂੰ ਉਹ ਦੇਸ਼ ਦੇ ਦੁਸ਼ਮਣ ਕਹਿੰਦੇ ਸੀ, ਅੰਗਰੇਜ਼ਾਂ ਦੇ ਪੱਕੇ ਵਫ਼ਾਦਾਰ। ਔਰ ਮੈਂ ਜਦੋਂ ਸ਼ਬਦ ਕੁੱਤਾ ਕਹਿੰਦਾ ਤਾਂ ਇਸ ਗੱਲ ਦਾ ਧਿਆਨ ਰਹੇ ਕਿ ਕੁੱਤਾ ਵਫ਼ਾਦਾਰੀ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਕੁੱਤਾ ਵਫ਼ਾਦਾਰ ਹੁੰਦਾ, ਸੋ ਇਹ ਅੰਗਰੇਜ਼ਾਂ ਦੇ ਵਫ਼ਾਦਾਰ ਕੁੱਤੇ, ਅਤੇ ਫਿਰ ਕੁੱਤੇ ਦਾ ਦੂਸਰਾ ਜਿਹੜਾ ਗੁਣ ਹੈ ਉਹ ਭੌਂਕਣਾ ਵੀ ਹੁੰਦਾ, ਉਹ ਆਪਣੇ ਮਾਲਕ ਦੇ ਲਈ ਭੌਂਕਦਾ ਵੀ ਹੈ। ਸੋ ਫਰਕ ਇੰਨਾ ਹੈ ਕਿ ਜਿਹੜੀ ਸਿੱਖ ਜੁਝਾਰੂਆਂ ਦੀ ਕੌਮ ਜਿਹਦੇ 'ਚ ਭਗਤ ਸਿੰਘ, ਊਧਮ ਸਿੰਘ, ਸਰਾਭੇ ਨਿਕਲੇ, ਉਹ 47 ਤੋਂ ਬਾਅਦ ਵੀ ਉੱਥੇ ਹੀ ਖੜੇ ਨੇ। ਉਹਨਾਂ ਨੇ ਉਸ ਜ਼ੁਲਮ ਨੂੰ ਚੈਲੇਂਜ ਕੀਤਾ, ਉਹਨਾਂ 'ਚੋਂ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਖੇ, ਦਿਲਾਵਰ ਸਿੰਘ ਨਿਕਲੇ। ਅਤੇ ਜਿਹੜੀ ਗੱਲ ਆਇਰਨੀ ਆਫ ਦਾ ਸਿਚੁਏਸ਼ਨ ਕਹੋ, ਜੋਕ ਆਫ ਦਾ ਹਿਸਟਰੀ ਕਹੋ, ਜਾਂ ਗਿਰਗਟ ਦੀ ਨਸਲ ਜਿਹੜੀ ਹੈ ਵਿਚਾਰੀ, ਉਹ ਵੀ ਕਹਿੰਦੇ ਹੋਣੇ ਵੀ ਸਾਨੂੰ ਤਾਂ ਐਵੇਂ ਤੁਸੀਂ ਬਦਨਾਮ ਕੀਤਾ ਵੀ ਅਸੀਂ ਤਾਂ ਆਪਣਾ ਰੰਗ ਆਪਣੇ ਡਿਫੈਂਸ ਲਈ ਬਚਾਉਂਦੇ ਹਾਂ, ਆਪਣੇ ਗਿਰਗਟਾਂ ਵੱਲ ਦੇਖੋ। ਜਿਹੜੇ ਅੰਗਰੇਜ਼ਾਂ ਦੇ ਕੁੱਤੇ ਸੀ ਉਹਨਾਂ ਨੇ ਕਿਵੇਂ 47 ਦਾ ਰੁੱਖ ਬਦਲਦਿਆਂ ਹੀ ਜਿਹੜਾ ਉਹ ਨਵੇਂ ਹਿੰਦੂ ਤਵੀਆਂ ਦੇ ਕੁੱਤੇ ਬਣ ਗਏ। ਔਰ ਜਿਹਦਾ ਜ਼ਿਕਰ ਹੁਣ ਮੈਂ ਕਰਨ ਜਾ ਰਿਹਾ, ਉਹ ਪਟਿਆਲੇ ਦਾ ਸ਼ਾਹੀ ਖਾਨਦਾਨ, ਆਲੇ ਦੀ ਔਲਾਦ, ਜਿਹੜਾ ਆਲਾ ਜਿਹਨੂੰ ਰਾਜੇ ਦਾ ਖਿਤਾਬ ਅਬਦਾਲੀ ਨੇ ਦਿੱਤਾ ਔਰ ਉਹਨਾਂ ਦੇ ਰਿਕਾਰਡ 'ਚ ਲਿਖਿਆ ਹੋਇਆ, ਆਲਾ ਜੱਟ ਹਜ਼ੂਰ ਦੀ ਸ਼ਰਨ ਆਇਆ, ਜਿਹਨਾਂ ਦਾ ਗਦਾਰੀਆਂ ਦਾ ਇਤਿਹਾਸ, ਜਿਹਨਾਂ ਦੇ ਖਾਨਦਾਨ ਦਾ, ਉਹ 12 ਮਿਸਲਾਂ ਦੇ ਵੇਲੇ ਇਹਨਾਂ ਦੀ ਮਿਸਲ ਕਦੇ ਸਰਬੱਤ ਖਾਲਸਾ ਦਾ ਹਿੱਸਾ ਨਹੀਂ ਸੀ ਬਣਦੀ, ਕਿਉਂਕਿ ਇਹ ਅਬਦਾਲੀ ਦੇ ਉਹ ਰਾਜੇ ਦਾ ਖਿਤਾਬ ਲੈਣ ਵਾਲੇ, ਉਹਦੇ ਨਾਲ ਕੋਪਰੇਟ ਕਰਨ ਵਾਲੇ ਸੀ। ਵੱਡਾ ਘੱਲੂਘਾਰ 1762 'ਚ ਉਸ ਦੇ ਵਿੱਚ ਇਸ ਦੇ ਵਡੇਰਿਆਂ ਨੇ, ਔਰ ਇਹ ਸ਼ੋ ਬੋਆਏ ਹਿੰਦੂ ਤਵੀ ਕੈਪਟਨ ਅਮਰਿੰਦਰ, ਜਿਸ ਨੇ ਜਿਹੜਾ ਜਦੋਂ ਅਸੀਂ ਕੱਲ੍ਹ ਇਹ ਗੱਲ ਕਰ ਰਹੇ ਸਾਂ ਕਿ ਭਾਈ ਕਿਵੇਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਕਿਵੇਂ ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਾਹਮਣੇ ਲਿਆਂਦਾ ਕਿ ਭਾਈ ਇਹ ਦੋਸ਼ੀ ਪੁਲਿਸ ਅਫਸਰ ਸੁਮੇਧ ਸੈਣੀ, ਪਰਮਜੀਤ ਉਮਰਾ ਨੰਗਲ, ਦੂਜੇ ਤੀਜੇ ਇਹਨਾਂ ਨੂੰ ਸਜ਼ਾ ਦਿਓ, ਅਤੇ ਕਿਵੇਂ CBI ਦੇ ਹਵਾਲੇ ਕਰਕੇ, ਕਿਉਂਕਿ ਰਲੇ ਹੋਏ ਨੇ ਬਾਦਲ ਕੇ ਔਰ ਅਮਰਿੰਦਰ, ਇਹ ਸਾਰੇ ਗਦਾਰਾਂ ਦੀ ਨਸਲ ਇੱਕੋ ਹੀ ਹੁੰਦੀ ਹੈ, ਇਹ ਮੱਝਾਂ ਦੀਆਂ ਭੈਣਾਂ ਮੱਝਾਂ ਹੀ ਹੁੰਦੀਆਂ ਨੇ। ਔਰ ਇਹੀ ਪਾਰਟ ਜਿਹੜਾ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇਹ ਉਸੇ ਦਿਨ ਇਹਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਹੈ, ਲੰਬੀ ਚੌੜੀ ਪ੍ਰੈਸ ਕਾਨਫਰੰਸ, ਔਰ ਪ੍ਰੈਸ ਕਾਨਫਰੰਸ ਦੇ ਵਿੱਚ ਇਹਨੇ ਕਿਸ ਅੰਦਾਜ਼ ਦੇ ਵਿੱਚ ਜਿਹੜੀ ਸਿੱਖ ਫਰੀਡਮ ਮੂਵਮੈਂਟ ਹੈ ਖਾਲਿਸਤਾਨ ਦੀ, ਜਾਂ ਲੰਡਨ ਦੀ ਜਿਹੜੀ 12 ਅਗਸਤ ਦੀ ਰੈਫਰੈਂਡਮ ਰੈਲੀ ਹੈ, ਜਿਸ ਨੂੰ ਡਿਕਲਾਰੇਸ਼ਨ ਰੈਲੀ ਕਿਹਾ ਜਾਂਦਾ, ਉਸ ਬਾਰੇ, ਔਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਬਾਰੇ, ਔਰ ਫਿਰ ਸਾਨੂੰ ਤਾਂ ਵੈਸੇ ਮੈਂ ਇਸ ਨੂੰ ਐਜ਼ ਏ ਪ੍ਰਾਈਡ ਵੀ ਲੈਂਦਾ ਕਿ ਕਿਵੇਂ TV 84 ਨੇ ਵੀ ਇਸ ਹਿੰਦੂ ਤਵੀ ਸ਼ੋ ਬੋਆਏ ਦੀ ਨੀਂਦ ਹਰਾਮ ਕੀਤੀ ਹੋਈ ਹੈ। ਪਰ ਇਹਦੇ ਵੱਲ ਆਉਣ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ 47 ਤੋਂ ਬਾਅਦ ਇਹ ਗਿਰਗਟਾਂ ਨੂੰ ਬਦਨਾਮ ਕਰਨ ਵਾਲੇ ਗਿਰਗਟਾਂ ਦੇ ਪਿਓਆਂ ਨੇ ਕਿਵੇਂ ਪਾਲਾ ਬਦਲਿਆ, ਕਿਵੇਂ ਇਹਦੇ ਪਿਓ ਯਾਦਵਿੰਦਰ ਸਿੰਘ ਨੇ 570 ਜਿਹੜੇ ਚੈਂਬਰ ਆਫ ਪ੍ਰਿੰਸਿਸ ਸੀ, ਜਿਹਦਾ ਇਹ ਚਾਂਸਲਰ ਸੀ, ਉਹਨਾਂ 'ਚੋਂ ਕਿਸੇ ਨਾਲ ਸਲਾਹ ਕੀਤੇ ਬਿਨਾਂ ਇਸ ਨੇ ਅੰਗਰੇਜ਼ ਜਿਹੜਾ ਹੈ ਉਹ ਪਟੇਲ ਦੇ ਅੱਗੇ ਸਰੈਂਡਰ ਕੀਤੀ ਆਪਣੀ ਰਿਆਸਤ। ਔਰ ਉਸ ਤੋਂ ਪਹਿਲਾਂ ਕਿਵੇਂ ਇਸ ਨੇ ਇਹਦੇ ਪਿਓ ਨੇ, ਕਿਉਂਕਿ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਦਾ ਰੋਲ ਅਕਸਰ ਸਾਹਮਣੇ ਆਇਆ ਵੀ ਉਹਨਾਂ ਨੇ 47 'ਚ ਕਿਵੇਂ ਸਾਡਾ ਦੇਸ਼ ਬਣਦਾ ਰੋਕਿਆ, ਪਰ ਇਹਦੇ ਪਿਓ ਦੇ ਰੋਲ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ, ਉਹ ਵੀ ਸਰ ਕਪੂਰ ਸਿੰਘ ਸਾਚੀ ਸਾਖੀ 'ਚ ਵੀ ਜ਼ਿਕਰ ਕਰਦੇ ਨੇ। ਔਰ ਵੈਸੇ ਵੀ ਸਾਹਮਣੇ ਆ ਕਿ ਈਵਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਜਿਹੜੇ ਨੇ ਉਹ ਪਟਿਆਲੇ ਆਏ, ਕਿਉਂਕਿ ਇਹਦੇ ਇਹਨਾਂ ਦੇ ਵੱਡੀ ਰਿਆਸਤ ਸੀ 12,000 ਸਕੁਅਰ ਮਾਈਲ ਦੇ ਨੇੜੇ ਤੇੜੇ, ਔਰ ਇਹ ਸੀ ਕਿ ਵੀ ਜੇ ਇਹ ਐਗਰੀ ਕਰਨ ਇਹਨਾਂ ਦੀਆਂ 5-6 ਸਿੱਖ ਰਿਆਸਤਾਂ ਔਰ ਪਟਿਆਲਾ ਲੱਤ ਲਾਏ, ਤਾਂ ਫਿਰ ਰਾਵੀ ਤੋਂ ਜਮੁਨਾ ਤੱਕ ਦਾ ਇਲਾਕਾ ਜਿਹੜਾ ਇਹ ਸਿੱਖ ਜਿਹੜੀ ਹੈ ਸਟੇਟ ਦੇ ਤੌਰ 'ਤੇ ਇਸ ਦੀ ਰੈਕਗਨੀਸ਼ਨ ਔਰ ਪਾਕਿਸਤਾਨ ਦੇ ਨਾਲ ਕਿਸੇ ਲੈਵਲ ਦੀ ਅੰਡਰਸਟੈਂਡਿੰਗ ਹੋ ਸਕਦੀ ਹੈ, ਇਸ ਨੂੰ ਮਿਲੇ ਇਹਦੇ ਪਿਓ ਨੂੰ। ਔਰ ਇਹਨੇ ਫੌਰਨ ਇਹ ਗੱਲ ਜਿਹੜੀ ਹੈ ਉਹ ਨਹਿਰੂ ਨੂੰ ਦੱਸ ਦਿੱਤੀ, ਔਰ ਇਹ ਗੱਲ ਲਾਰਡ ਵਾਵਿਲ ਜਿਹੜਾ ਉਸ ਵੇਲੇ
ਜਿਹੜਾ ਗਵਰਨਰ ਜਨਰਲ ਵਾਇਸ ਰਾਏ ਸੀ ਉਹਨੇ ਇਹਦੇ ਪਿਓ ਬਾਰੇ ਲਿਖਿਆ ਔਰ ਉਸ ਉਹਦੇ ਸਰ ਕਪੂਰ ਸਿੰਘ ਨੇ ਕਿਹਾ ਕਿ ਵੀ ਉਹ ਵੇਖਣ ਚਾਖਣ ਨੂੰ ਤਾਂ ਸੋਹਣੇ ਪਰ ਪੁੱਜ ਕੇ ਬੇਈਮਾਨ ਹੈ ਔਰ ਜ਼ਾਹਰ ਹੈ ਕਿ ਉਸ ਬੇਈਮਾਨੀ ਦਾ ਨਤੀਜਾ ਸੀ ਜਿੱਥੇ ਅਸੀਂ ਮਾਸਟਰ ਤਾਰਾ ਸਿੰਘ ਜਾਂ ਬਲਦੇਵ ਸਿੰਘ ਨੂੰ ਦੋਸ਼ੀ ਮੰਨਦੇ ਹਾਂ ਕਿ ਸਿੱਖ ਸਟੇਟ ਬਣਨ ਦੇ ਵਿੱਚ ਰੁਕਾਵਟਾਂ ਖੜੀਆਂ ਹੋਈਆਂ ਉੱਥੇ ਇਹਦਾ ਪਿਓ ਵੀ ਬਰਾਬਰ ਦਾ ਦੋਸ਼ੀ ਹੈ ਔਰ ਕਿਵੇਂ ਇਹਨਾਂ ਨੇ ਫਿਰ ਆਪਣਾ ਰੰਗ ਬਦਲਿਆ ਇਹ ਅੰਗਰੇਜ਼ਾਂ ਦੇ ਵਫ਼ਾਦਾਰ ਕੁੱਤੇ ਜਿਹੜੇ ਨੇ ਉਹ ਹਿੰਦੂ ਤਵੀਆਂ ਦੇ ਕੁੱਤੇ ਬਣ ਗਏ ਔਰ ਮੈਂ ਹੁਣ ਉਹ ਪਰਿਵਾਰਕ 'ਚ ਨਹੀਂ ਜਾਵਾਂਗਾ ਕਿ ਨਟਵਰ ਸਿੰਘ ਜਿਹਦੇ ਨਾਲ ਇਹਦੀ ਭੈਣ ਵਿਆਹੀ ਹੈ ਜਾਂ ਜਿਹੜੇ ਇਹ ਹੁਣ ਉਹ ਗੱਦਾਰ ਡੋਗਰਿਆਂ ਦਾ ਕੁੜਮ ਬਣਿਆ ਜਾਂ ਉਹ ਰਾਜਪੂਤ ਵੀਰਭੱਦਰ ਸਿੰਘ ਉਹਨਾਂ ਦੇ ਨਾਲ ਰਿਸ਼ਤੇਦਾਰੀਆਂ ਨੇ ਸੋ ਮਤਲਬ ਇਹ ਜਿਹੜਾ ਗੱਦਾਰਾਂ ਦਾ ਕੁਨਬ ਹੈ ਇਹ ਸਾਰੇ ਦਾ ਸਾਰਾ ਹੀ ਇੱਕੋ ਹੀ ਨਸਲ ਹੈ ਲੇਕਿਨ ਅਸੀਂ ਸਾਡੀ ਕੌਮ ਉਸੇ ਰਸਤੇ 'ਤੇ ਹੀ ਜੇ ਅਸੀਂ ਅੰਗਰੇਜ਼ਾਂ ਦੇ ਖਿਲਾਫ ਲੜੇ ਅਤੇ ਅੱਜ 47 ਤੋਂ ਬਾਅਦ ਉਵੇਂ ਹੀ ਸਿੱਖ ਕੌਮ ਉਸ ਭਾਵਨਾ ਦੇ ਨਾਲ ਹੀ ਇਸ ਗੁਲਾਮ ਬਣਾਉਣ ਵਾਲੀ ਬ੍ਰਾਹਮਣਵਾਦੀ ਨੀਤੀਆਂ ਦੇ ਖਿਲਾਫ ਵੀ ਪਹਿਲਾਂ ਪੀਸਫੁਲੀ ਫਿਰ ਜੇ ਉਹਨਾਂ ਨੇ ਜ਼ੁਲਮ ਕੀਤਾ ਤਾਂ 84 ਤੋਂ 94 95 ਤੱਕ ਉਹੀ ਖਾੜਕੂ ਲਹਿਰ ਔਰ ਇਹ ਤੁਸੀਂ ਇਹਦੀਆਂ ਗਿਰਗਟੀਆਂ ਦੇਖੋ ਇਸ ਸ਼ੋਅ ਬੋਏ ਦੀਆਂ ਜਦੋਂ ਇਹ ਸੰਤ ਪਿੰਡਾਂ ਵਾਲਿਆਂ ਨੂੰ ਤਰਲੇ ਕਰਕੇ ਮਿਲਣ ਗਿਆ ਔਰ ਇਹ ਸਰ ਸਿਮਰਜੀਤ ਸਿੰਘ ਮਾਨ ਨੇ ਕੋਟ ਕੀਤਾ ਹੋਇਆ ਅਤੇ ਉਹਨਾਂ ਨੂੰ ਜਾ ਕੇ ਆਪਣਾ ਵੈਬਲੇ ਦਾ ਪਿਸਤੌਲ ਜਿਹੜਾ ਇਹਨੇ ਭੇਟ ਕੀਤਾ ਹੋਇਆ ਕਿ ਉਹਨਾਂ ਨੇ ਉਹਨੂੰ ਕਿਹਾ ਜੀ ਮੈਂ ਕੀ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਹਥਿਆਰ ਬੜੇ ਪਸੰਦ ਨੇ ਸੋ ਜੇ ਇਹ ਉਸ ਦੌਰ ਦੇ ਵਿੱਚ ਕਹਾਣੀ ਡਿਫਰੈਂਟ ਹੁੰਦੀ ਤਾਂ ਇਹ ਸਭ ਤੋਂ ਅੱਗੇ ਸੀ ਉੱਥੇ ਵੀ ਬਿਲਕੁਲ ਸੋ ਫਿਰ ਕਿਵੇਂ ਇਸ ਬੰਦੇ ਨੇ ਜਿਹੜਾ ਉਹ ਅੰਮ੍ਰਿਤਸਰ ਐਲਾਨਨਾਮਾ ਜਿਹੜਾ ਵਿਦਿਨ ਕਨਫੈਡਰੇਸ਼ਨ ਦੀ ਗੱਲ ਕਰਦੇ ਅਕਾਲ ਤਖ਼ਤ ਦੇ ਉੱਤੇ ਖਲੋ ਕੇ ਉਹਦੇ 'ਤੇ ਜਿਹੜਾ ਉਸਨੂੰ ਪੜ੍ਹਿਆ ਉਸਦਾ ਇਹ ਹਿੱਸਾ ਰਿਹਾ ਔਰ ਕਿਸ ਕਦਰ ਇਸ ਬੰਦੇ ਨੇ ਅੱਜ ਜਿਹੜਾ ਪਿਛਲੇ ਦੌਰ ਦੇ ਵਿੱਚ ਚੋਣਾਂ ਤੋਂ ਪਹਿਲਾਂ ਵੀ ਔਰ ਹੁਣ ਇਹ ਬਿਲਕੁਲ ਸਿੱਖਾਂ ਦੇ ਖਿਲਾਫ ਭੁਗਤ ਰਿਹਾ ਸੋ ਮੈਂ ਇਸ 'ਤੇ ਜਿਹੜਾ ਇਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਉਂਕਿ ਸਿੱਖ ਫੋਰ ਜਸਟਿਸ ਦੀ ਗੱਲ ਕੀਤੀ ਹੈ TV84 ਦਾ ਜ਼ਿਕਰ ਕੀਤਾ ਸੋ ਮੈਂ ਜਿਹੜੀ ਉਹ 1.5 ਮਿੰਟ ਦੀ ਕਲਿੱਪ ਹੈ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਉਹ ਚਲਾ ਦੇਣ ਔਰ ਉਸ ਤੋਂ ਬਾਅਦ ਫਿਰ ਜਿਹੜੇ ਇਸ ਨੇ ਜਿਹੜੀਆਂ ਨੇ ਜਬਲੀਆਂ ਮਾਰੀਆਂ ਨੇ ਲਾਲ ਵਲਲੀਆਂ ਔਰ ਲਾਲ ਵਲਲੀਆਂ ਵੀ ਡਬਲ ਪੈਗ ਦੇ ਨਾਲ ਇੱਕ ਪਟਿਆਲਾ ਸ਼ਾਹੀ ਪੈਗ ਇੱਕ ਅਰੂਸਾ ਸ਼ਾਹੀ ਪੈਗ ਉਸ ਦੇ ਉੱਤੇ ਫਿਰ ਅਸੀਂ ਕਮੈਂਟ ਕਰਾਂਗੇ ਸੋ ਜ਼ਰਾ ਵੀਡੀਓ ਕਲਿੱਪ ਚਲਾ ਦਿਓ ਜੀ ਡਾਕਟਰ ਸਾਹਿਬ Sir, on Khalistan, Sikh for Justice Organization, they are hiring people, youth from Punjab, and they are paying them for this. They are providing jobs for posting hate crime. So, what do you think on that? ਉਹਨੂੰ ਜਿੰਨਾ ਘੱਟ ਤੁਸੀਂ ਉਹਦੇ ਬੋਲੋ ਉਹ ਜਿਹੜੀ ਗੁੱਤ ਜੀ ਹੈ ਉਹਦੀ ਪਾਈ ਹੋਈ ਕੀ ਹੈ ਵਟ ਇਜ਼ ਨੇਮ ਉਹਦਾ ਚਲੋ ਪੰਨੂ ਚੈਪ ਜਿੰਨਾ ਘੱਟ ਬੋਲੋ ਇੰਨਾ ਹੀ ਵਾਧੂ ਹੈ 2020 ਚ ਕੀ ਕਰ ਲੂਗਾ ਪੰਜਾਬ ਦੇ ਵਿੱਚ ਇਨ ਹਿੰਦੁਸਤਾਨ ਇਜ਼ ਦੇ ਐਨੀ ਸਟੇਟ ਵੇਅਰ ਦ ਸਿੱਖਸ ਆਰ ਨਾਟ ਡੂਇੰਗ ਵੈਲ ਇਜ਼ ਪੰਜਾਬ ਨਾਟ ਡੂਇੰਗ ਵੈਲ ਯੂ ਨੇਮ ਮੀ ਵਨ ਸਟੇਟ ਵੇਅਰ ਦੇ ਆਰ ਨੋ ਸਿੱਖਸ ਵਾਟ ਇਜ ਦਿਸ ਨੌਨਸੈਂਸ ਇਸ ਫਰ ਉਸ ਡੂਇੰਗ ਦੇਅਰ ਸਿਟਿੰਗ ਦੇਅਰ ਹੀ ਮੇਕਸ ਮਨੀ ਔਨ ਦਿਸ ਸੋ ਰੌਲਾ ਪਾਈ ਜਾਂਦਾ ਬਸ ਪਾਉਣ ਦੇ ਜਿਹੜੇ ਪੈਸੇ ਦੇ ਰਹੇ ਨੇ ਜੋ ਬੁਲਾ ਰਹੇ ਨੇ ਵਾਟ ਇਜ ਦੈਟ ਇੰਡੀਕੇਟ ਆਪਣੇ ਆਪ ਨਹੀਂ ਜਾਣਾ ਚਾਹੁੰਦਾ ਕੋਈ ਤਾਂ ਪੈਸੇ ਭੇਜ ਦਿਓ ਜੀ ਟਿਕਟ ਹੁਣ ਜਾਊਗਾ ਅੱਧ ਘੰਟਾ ਟ੍ਰੈਫਿਕ ਐਲਗਰ ਸਕੁਆਇਰ ਚ ਚਲਿਆ ਜਾਊਗਾ ਉਸ ਤੋਂ ਬਾਅਦ ਫਿਰ 4-5 ਦਿਨ ਲੰਡਨ ਘੁੰਮ ਕੇ ਆਜੂ ਵਾਪਸ ਅਬਾਊਟ ਵਾਟ ਆਈ ਸਪੈਂਡ ਓਵਰ 1 ਆਵਰ ਐਵਰੀ ਨਾਈਟ ਲੁਕਿੰਗ ਥਰੂ ਦਾ ਸੋਸ਼ਲ ਮੀਡੀਆ ਟੂ ਸੀ ਵਾਟ ਦਾ ਪੀਪਲ ਆਰ ਦੇਅਰ ਹਾਊ ਮਨੀ ਪੀਪਲ ਆਰ ਦੇਅਰ ਹਾਊ ਮਨੀ ਪੀਪਲ ਰਿਸਪੋਂਡ ਹੈਵ ਯੂ ਸੀਨ TV84 100 ਕੁ ਬੰਦਾ ਉਹਨਾਂ ਨੂੰ ਰਿਸਪੋਂਡ ਕਰੀ ਜਾਣ ਦਿਓ ਵੀ ਆਰ ਨਾਟ ਬੋਦਰਡ ਅਬਾਊਟ ਦੀਸ ਥਿੰਗਸ ਆਈ ਨੋ ਦੈਟ ਦ ਪੀਪਲ ਆਫ ਪੰਜਾਬ ਵਾਂਟ ਪੀਸ ਪੀਪਲ ਆਫ ਪੰਜਾਬ ਵਾਂਟ ਡਿਵੈਲਪਮੈਂਟ ਦੇ ਵਾਂਟ ਇੰਡਸਟਰੀ ਦੇ ਵਾਂਟ ਟੂ ਫਾਈਂਡ ਜੋਬ ਫੋਰ ਦੇਅਰ ਚਿਲਡਰਨ ਐਂਡ ਦੇ ਵਾਂਟ ਗੁੱਡ ਐਜੂਕੇਸ਼ਨ ਉਸ ਤੇ ਅਸੀਂ ਕੰਸੈਂਟਰੇਟ ਕਰਦੇ ਇਹ ਗੁੱਤ ਵਾਲੇ ਨੂੰ ਬੋਲਣ ਦਿਓ ਜੋ ਮਰਜ਼ੀ ਬੋਲੀ ਜਾਂਦੇ ਜੀ ਡਾਕਟਰ ਸਾਹਿਬ ਸਾਰੇ ਦਰਸ਼ਕਾਂ ਨੇ ਵੀਡੀਓ ਦੇਖ ਲਈ ਹੈ ਜੀ ਡਾਕਟਰ ਸਾਹਿਬ ਦੇਖੋ ਪਹਿਲਾਂ ਤਾਂ ਇਸ ਦੀ ਸੱਜੀ ਬਾਂਹ ਵੱਲ ਦੇਖੋ ਕਿ ਹੱਥ 'ਚ ਕੜਾ ਵੀ ਹੈ ਅਤੇ ਮੌਲੀ ਦਾ ਲਾਲ ਧਾਗਾ ਬੰਨਿਆ ਹੋਇਆ ਸੋ ਜ਼ਾਹਰ ਹੈ ਕਿ ਇਹ ਬਿਲਕੁਲ ਪਰਫੈਕਟ ਜਿਹੜਾ ਹਿੰਦੂ ਤਵੀ ਮਾਡਲ ਹੈ ਜਿਸ ਕਿਸਮ ਦੇ ਸਿੱਖ ਉੱਥੇ ਉਹ ਚਾਹੁੰਦੇ ਨੇ ਕਿ ਭਾਈ ਉਹ ਪੂਜਾ ਵੀ ਕਰਨ ਮੱਥੇ 'ਤੇ ਟਿੱਕਾ ਵੀ ਲਾਉਣ ਮੌਲੀ ਦਾ ਇਹ ਧਾਗਾ ਵੀ ਬੰਨਣ ਔਰ ਉਹੀ ਜਿਹੜਾ ਗੁਣ ਗਾਣ ਉਸ ਦੇਸ਼ ਦੇ ਜਿਹੜਾ ਕਿ ਹਿੰਦੂ ਰਾਸ਼ਟਰ ਹੈ ਔਰ ਇਸ ਦਾ ਸਮਝੌਤਾ ਜਿੱਥੇ ਬਾਦਲਾਂ ਨਾਲ ਚੋਣਾਂ ਤੋਂ ਪਹਿਲਾਂ ਹੋਇਆ ਮੋਦੀ ਸਰਕਾਰ ਦੇ ਨਾਲ ਵੀ ਪੂਰਾ ਸਮਝੌਤਾ ਹੈ ਇਹ ਕੋਈ
जो लिंचिंग हो रही ने 70 तो ज्यादा मौत पिछले साल च लिंचिंग हुई हैं इहदे बारे इहदी जबान नहीं खुली होर जो दलतां दे उत्ते जुलम भारत भर दे विच हो रहे ने उस ते जबान नहीं खुली और असी देखिया भी गुरु ग्रंथ साहब की बेअदबी दीआं घटनावां किवें जिहड़ा कमिश्न 3 साल बाद सी कि भाई दोषी पुलिस अफसरां तक जिहड़ा उहनां नूं सज़ा होएगी वह भी इन्हें CBI के हवाले कर बहाने नाल उस चो जिहड़ा वह बिल्कुल निकल गया है। हुण जिहड़े इसने जिहड़ा अल वललियां मारियां ने सारे चो सो जाहिर है क्योंकि सिख फॉर जस्टिस नाल संबंधित जे उन्हां दा रेफरेंडम 2020 का एजेंडा है जिस नूं 12 अगस्त की ट्रैफलगर स्क्वेयर दे विच रैली जिहड़ी है वह अगे तोरेगी सो जे तो इस दे विच कोई शाइस्तगी हुंदी तो जिहड़ा इशू है उस दी गल कर दे हुण तुसी किसे दे बारे कि भाई उन्हें वह ये है तो वो शकल ये है जां उहदा वह ये है यही गल अपने आप च साबित करती है कि इस गल ने इस नू और इहदे आकावां नू जिहड़ा किवें रैटल किया हो गल जे हुण यही जिस कैबिनेट मीटिंग तो बाद प्रेस कॉन्फ्रेंस हो रही है उस कैबिनेट मीटिंग जे पास होया जी 50 लाख रुपया शिलोंग दे सिखां नू देना हुण ये उस कह रहा है कि जी दसो किसे भारत की स्टेट सिख तो बड़े प्रोस्परस ने उन्होंने को प्रॉब्लम है जे प्रॉब्लम नहीं है शिलोंग 200 साल तो रहिंदे सिख जिहड़े ने उन्हां दे उत्ते जिहड़ा पूरी रात हमला हुंदा है तेरी कैबिनेट उहदे लई अपना जिहड़ा पहला उत्थे डेलीगेशन भेजदी है 50 लाख रुपया तुसीं रखदे हो होर किहड़ा सबूत चाहीदा है बाकी गल छड्ड दिओ फिर जदों असीं इस सारे इहदा पछोकड़ देखदे हां कि ये जगदीश टाइटलर सज्जन कुमार नूं भी बेगुनाह कहिंदा है कि जी क्योंकि अदालतां ने क्विट कीता है इसलिए वह गुनाहगार नहीं ने और ये KP गिल जिन्हें पंजाब दे विच हज़ारां सिख नौजवान मारे उसका जिहड़ा मरण तो बाद कुत्ते की मौत ये जिहड़ा उहदे उस जिहड़ा कमैमोरेटिव उहदा फंक्शन कीता है उस च एड्रैस करके उन्हूं ट्रिब्यूट दे रहे हैं कि इन्हें बहुत वड्डा ये जिहड़ा इसने मल मारी है। हुण जिहड़ी गल इसने क्योंकि अज 9:30 तो 10 दे स्लॉट च गुरपतवंत सिंह पन्नू होरां नाल अमरवीर सिंह गलबात करनगे सो जाहिर है भी असी जिहड़ा ये पार्ट उन्होंने उत्ते ही छड्डांगे कि भई वह इस नूं किवें इस वलों लैंदे ने लेकिन दो पार्ट जिहड़ा मैं इस दे उत्ते कमेंट जरूर करना चाहुंदा कि जदों ये कहिंदा जी 2020 की है जी ये की कर लऊगा जी हुण जाहिर है कि जे इत्थे तां कोई है नहीं ये तो पैसा इकट्ठा कर रहे ने जी हुण जे ये बंदा जिहड़ा अपने आप नूं हिस्टोरीयन भी कहिंदा है इनू इस गल का मत जिहड़ी रत्ता भी शर्म होए कि जदों कोई रेफरेंडम की मंग करता है वह जाहिर है कि UN चार्टर के थले दिता हुआ हक है जे इनू इन्ना ही भरोसा है अपने और अपने आकावां ते कि पंजाब के लोग जिहड़े ने वह बिल्कुल इत्थे कोई नहीं चाहुंदा तो फिर करवा दे रेफरेंडम पंजाब सरकार करवा दे बाहरलियां नूं रौला जिवें कहिंदा रौला पाई जाण दिओ रौला पाउण दी लोड़ नहीं है जे तुसीं इन्ने कॉन्फिडेंट हो कि सिख बड़े खुश ने बड़े खुशहाल ने फिर इस नूं करवाओ सो जाहिर है भी जे तुसीं रेफरेंडम शब्द तो ही जिहड़ा लफज तो ही तुहानूं जिहड़े ने पसीने वगदे ने और तुहाडे मूँह चों जिहड़ा उह जहर निकलदा इहदा मतलब है कि तुहानूं पता है भी तुसीं पंजाब नूं कॉलोनी बनाया होया सिखां नूं इंडियन आर्मी जैक बूट के थले तुसीं दरड़िया होया फिर जदों तुसीं इस नूं सवाल पुछया जा रहा है कि जी जिहड़े बाहर जा रहे ने उह कहिंदे ने टिकट भी देंगे वह जाणगे जी अद्धा घंटा उत्थे घूम के फिर 4 दिन बाद आ जाणगे उहनूं पुछ रहा है भी आर यू थिंकिंग ऑफ टेकिंग एनी लीगल एक्शन हुण इस गल नूं करके TV 84 का तो चलो मैं तो इन्हूं लैफ्ट हैंडेड कंपलीमेंट कहिंदा कि भाई इहदी नींद हराम की हुई है घंटा जिहड़ा रोज़ देखदा जिवें मैं कहा भी वह डबल पैग ला के इहनूं शायद जिहड़ा इन्हें कहा कि भी जी मैं 100 ने वैसे वो मैं कहा भी 2 पैग जिहड़े मैं ना दिते ने उन्हां दे असर ने इस दी जिहड़ी है वह देखण शक्ति घटाई होनी है 2 ਜ਼ੀਰੋਆਂ जो होर ला लेंदा है कि 1,24,000 बंदा जिहड़ा है उहदी लाइक्स लिस्ट ते है जे कल्ली फेसबुक की गल करनी पर फिर भी जिवें एक वकील उन्हां दी कॉल आई उन्होंने बड़ा बधाई दित्ती कहिंदा जी जे इहदी भी मन लो कि 100 बंदा फॉलो करदा है कहिंदा 100 बंदा तो सारे रेवोल्यूशन खड़ा कर दिंदा पर
ਮੁੱਢਲੀ ਗੱਲ ਉਹਨਾਂ ਦਾ ਕਹਿਣਾ ਸੀ ਕਿ ਜੀ ਟੀਵੀ 84 ਤਾਂ ਡਿਸਕਸ਼ਨ 'ਚ ਵੀ ਨਹੀਂ ਸੀ ਵੀ ਇਹ ਇਹਨਾਂ ਨੂੰ ਕਿਵੇਂ ਰੈਟਲ ਕਰ ਰਿਹਾ, ਇਹਦਾ ਆਊਟ ਆਫ ਦਾ ਬਲੂ ਟੀਵੀ 84 ਦਾ ਜ਼ਿਕਰ ਕਰਨਾ, ਫਿਰ ਉਹਨਾਂ ਕਹਿਣਾ, ਉਹਨਾਂ ਨੂੰ ਪੁੱਛ ਰਿਹਾ ਪੱਤਰਕਾਰਾਂ ਨੂੰ, ਹੈਵ ਯੂ ਸੀਨ ਟੀਵੀ 84? ਸੋ ਜ਼ਾਹਰ ਹੈ ਕਿ ਬਈ ਇਹਨੂੰ ਟੀਵੀ 84 ਜਿਹੜਾ ਉਹ ਇਹਦੀ ਨੀਂਦ ਹਰਾਮ ਕਰਦਾ। 100 ਪੀਪਲ ਰਿਸਪੋਂਡ ਟੂ ਦੈਮ, ਓਨਲੀ 100। ਚਲੋ ਇਹ ਵੀ ਵੱਡੀ ਗੱਲ ਹੈ ਵੀ ਜੇ ਤੂੰ ਦੇਖਦਾ 100 ਚੋਂ ਇੱਕ ਤੂੰ ਤਾਂ ਹੈ ਨਾ, ਤੇ ਤੇਰੇ ਤੱਕ ਹੀ ਹੈ ਜਾਂ ਤੇਰੀ ਨਸਲ ਦੇ ਲੋਕਾਂ ਲਈ ਹੈ। ਫਿਰ ਉਹ ਕਹਿ ਰਿਹਾ ਜੀ ਜਿਹੜਾ ਬੜਾ ਡਰੋਗੇਟਰੀ ਜਿਹੜਾ ਉਹਨੇ ਲਫ਼ਜ਼ ਗੁਰਪ੍ਰਧਾਨ ਸਿੰਘ ਪੰਨੂ ਲਈ ਇਸਤੇਮਾਲ ਕੀਤਾ, ਮੈਨੇ ਜਿਹੜਾ ਇਸ ਨੂੰ ਕਰਨਾ ਚਾਹੁੰਦਾ, ਪਰ ਇਹ ਇਹਦੀ ਕਲਾਸ ਵੀ ਸ਼ੋਅ ਕਰਦਾ। ਜਦੋਂ ਤੁਸੀਂ ਆਪ ਜਿਹੜਾ ਵੀ ਤੇਰੇ ਔਰ ਤੇਰੇ ਬਾਕੀ, ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਫਿਰ ਮੈਨੂੰ ਲੱਗੇਗਾ ਕਿ ਬਈ ਮੈਂ ਜਿਹੜਾ ਉਹ ਕੁਛ ਐਸਾ ਕਹਿ ਰਹੇ ਕਿ ਵੀ ਤੁਸੀਂ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ। ਤੂੰ ਆਪਣਾ ਆਲੇ ਤੋਂ ਲੈ ਕੇ ਹੁਣ ਤੱਕ ਦਾ ਟੱਬਰ ਦਾ ਕੱਢ ਲੈ, ਕਰਤੂਤਾਂ ਦਾ ਸਾਰਾ, ਅਤੇ ਜੇ ਕੁਛ ਹੋਰ ਦੇਖਣਾ ਤਾਂ ਉਹ ਦੀਵਾਨ ਜਰਮਨੀ ਦਾਸ ਨੇ ਹੀ ਲਿਖਿਆ ਹੋਇਆ, ਮਹਾਰਾਜਾ ਐਂਡ ਮਹਾਰਾਣੀਜ਼, ਆਪਣੇ ਦਾਦੇ ਦੀਆਂ ਕਰਤੂਤਾਂ ਦੇਖ ਲੈ, ਆਪਣੇ ਬਾਕੀ ਸਾਰਿਆਂ ਦਾ ਦੇਖ ਲੈ, ਅਤੇ ਆਪਣੀਆਂ ਕਰਤੂਤਾਂ ਤੂੰ ਕੀ ਕਰ ਰਿਹਾ। ਹੈਂ ਉਹਨੂੰ ਪ੍ਰਨੀਤ ਕੌਰ ਨੂੰ ਪੁੱਛ ਲਓ ਅੰਦਰ ਜਿਹੜਾ ਚੁੱਪਚਾਪ ਕਰਕੇ ਕਿ ਉਹ ਕਿਵੇਂ ਜਿਹੜਾ ਉਹ ਅਥਰੂ ਕੇਰਦੀ ਹੈ ਖੂਨ ਦੇ। ਤੂੰ ਕੀ ਬਦਕਾਰੀ ਦਾ ਅੱਡਾ ਬਣਾਇਆ ਹੋਇਆ ਆਪਣੇ ਉਹ ਸਾਰੇ ਚੰਡੀਗੜ੍ਹ ਦੇ ਆਫੀਸ਼ੀਅਲ ਰੈਜ਼ੀਡੈਂਸ ਨੂੰ। ਸੋ ਮਤਲਬ ਇਸ ਕਿਸਮ ਦੇ ਲੋਕ ਜਿਹੜੇ ਨੇ ਇਹ ਜਿਹੜੇ ਨੇ ਉੱਥੇ ਸਿੱਖਾਂ ਦੀ ਆਵਾਜ਼ ਬਣੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਡਾਇਸਪੋਰਾ ਸਿੱਖਾਂ ਦਾ ਖਲੋਣਾ ਹੈ ਆਪਣੇ ਕੌਜ਼ ਦੇ ਲਈ, ਉਸ 'ਚੋਂ ਹੀ ਜੱਗੀ ਜੌਹਲ ਇੱਕ ਬੇਗੁਨਾਹ ਨੂੰ ਜਿਹੜਾ ਉਹ ਇਸ ਕਿਸਮ ਦਾ ਉੱਥੇ ਨਵੰਬਰ ਦਾ ਚੁੱਕਿਆ ਹੋਇਆ, ਬਾਕੀ ਸਾਰਿਆਂ ਨੂੰ ਬਦਨਾਮ ਕਰਨ ਦੀ ਲਾਈਨ, ਔਰ ਇਹ ਹਿੰਦੂਤਵੀ ਸ਼ੋ ਬੋਏ, ਇਹ ਤਾਂ ਬੇਨਤੀ ਨੂੰ ਵੀ ਜਿਹੜਾ ਉਹ ਮਾਤ ਦੇਣ ਤੱਕ ਜਾਏਗਾ। ਜੇ ਪੰਜਾਬ ਦੇ ਵਿੱਚ ਕੋਈ ਵੀ ਡਾਈਸੈਂਟਿੰਗ ਲਾਈਨ ਆਏਗੀ ਆਉਣ ਵਾਲੇ ਪੀਰੀਅਡ, ਇਹ ਜਿਸ ਕਿਸਮ ਦਾ ਰੂਥਲੈਸ, ਬਰੂਟਲ ਔਰ ਜਿਸ ਕਿਸਮ ਦਾ ਬਿਲਕੁਲ ਇਨਸੈਂਸਿਟਿਵ ਔਰ ਉਹਨਾਂ ਨੂੰ ਖੁਸ਼ ਕਰਨ 'ਤੇ ਲੱਗਾ ਹੋਇਆ, ਸੋ ਮੈਂ ਸਮਝਦਾ ਵੀ ਇਹ ਸਾਰੇ 'ਚੋਂ ਇਹਨੇ ਜਿਹੜਾ ਉਹ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਸੋ ਇਹਦੀ ਜ਼ਾਤ ਪਛਾਣੀ ਗਈ ਹੈ, ਹੋਰ ਇਹਦੇ 'ਚ ਕੁਛ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਭ ਦੀ ਜਾਣਕਾਰੀ ਦੇਣ ਲਈ। ਇੱਥੇ ਲੈਣੇ ਬ੍ਰੇਕ, ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀ ਵੀ 84 ਇੱਕ ਪੰਥਕ ਚੈਨਲ ਹੈ, ਟੀ ਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀ ਵੀ 84 ਦੀ ਚੜ੍ਹਦੀ ਕਲਾ ਲਈ ਵੱਧ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01-37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।